वाहेगुरु जी का खालसा, वाहेगुरु जी की फतेह। अज मैं सूरज की अख, महाराजा रणजीत सिंह के उपर एक बहुत अच्छी बुक लिखी गई है, सूरज की अख, क्योंकि एक अख तो काणा सी, एक अख दी ही जिहड़ी देखदा सी तो सूरज वांग लगदी सी। शुकर चक्रिया मिशन का सरदार महाराजा रणजीत सिंह किवें पूरा मती पंजाब का अपना राजा बन जाता है, एक टाइम च जिहड़े अफगानी देश एस्टैबलिश राजे नूं लुट लुट के लै जांदे सी, कोहिनूर हीरा, कदे दिल्ली दा कब्जा, कदे सोमनाथ दा मंदर लुट लिया, उन्हां नूं उन्हां दे घर जाके लुटदा है। वह महाराजे तो संधियां करदे ने कि सानूं छड़ दे, काबुल तक कब्जा करदा है महाराजा रणजीत सिंह। उस योधे की कहानी है, सच्ची कहानी है, कोई बनावटी कोई झूठी नहीं। 38 साल राज करदा एक जिहदे उस राज्य दे अंदर जिहदे अंदर सिर्फ सिखां दी पॉपुलेशन 7%, 38 साल राज करदा, एक भी दंगा नहीं होंदा, एक भी बंदे नूं फांसी नहीं दित्ती जांदी। ਉਹ ਹਰਿਮੰਦਰ ਸਾਹਿਬ ਨੂੰ ਸੋਨਾ ਚੜਾਉਂਦਾ ਹੈ, ਉਹ ਕਾਸ਼ੀ ਦੇ ਨੂੰ ਦਾਨ ਕਰਦਾ ਹੈ, ਉਹ ਮੁਸਲਮਾਨਾਂ ਦੀਆਂ ਮਸਜਿਦਾਂ ਵੀ ਬਣਾਉਂਦਾ, ਲੋਕ ਉਹਨੂੰ ਦਿਲੋਂ ਪਿਆਰ ਕਰਦੇ ਸੀ। ਕਿੱਦਾਂ ਇੱਕ ਰਾਜਾ ਬਣਦਾ ਹੈ, ਕਿੱਦਾਂ ਉਹ ਇੰਨੇ ਵੱਡੇ ਮਕਾਮ 'ਤੇ ਪਹੁੰਚਦਾ ਹੈ, ਇੱਕ ਛੋਟੀ ਸੀ ਮਿਸਲ ਦਾ ਰਾਜ ਹੋ ਕੇ ਇੱਕ ਮਹਾਰਾਜਾ ਕਿੱਦਾਂ ਬਣ ਜਾਂਦਾ। ਪੂਰੇ ਦੇਸ਼ 'ਚ ਅੰਗਰੇਜ਼ਾਂ ਨੇ 200 ਸਾਲ ਰਾਜ ਕੀਤਾ ਸੀ, ਅਤੇ ਪੰਜਾਬ ਸਭ 'ਤੇ ਆਖਰ 'ਚ ਉਹਨੇ ਹੱਥ 'ਚ ਆਇਆ 1849 ਦੇ। ਉਹ ਕਿੱਦਾਂ ਬਣਦਾ ਹੈ, ਕਿੱਦਾਂ ਇੱਕ ਬੰਦਾ ਸ਼ਖਸੀਅਤ ਬਣਦੀ ਹੈ, ਉਹਦੇ ਅੰਦਰ ਪੂਰੀ ਡਿਟੇਲਾਂ, ਇਹਦੇ ਅੰਦਰ ਕੋਈ ਕਿਸੇ ਨੇ ਘੰਨੀਆਂ ਘੜੀਆਂ ਕਹਾਣੀਆਂ ਨਹੀਂ ਹੈ ਕਿ ਅਸੀਂ ਤਾਰੀਫਾਂ ਕਰਦੇ। ਰੈਫਰੈਂਸ ਨੇ ਅੰਗਰੇਜ਼ ਜਿਹੜੇ ਉਹਨੂੰ ਮਿਲਦੇ ਉਹਨਾਂ ਦੀ ਡਾਇਰੀਆਂ ਦੇ ਉੱਪਰ ਕੀ ਲਿਖਿਆ ਹੋਇਆ ਉਹਦੇ ਬਾਰੇ, ਇੱਕਦਮ ਟੈਕਨੀਕਲ, ਕੀ ਉਹਦੇ ਡਾਕਟਰ ਅੰਗਰੇਜ਼ ਸੋਚਦੇ ਸੀ ਉਹਨਾਂ ਦੇ ਬਾਰੇ, ਅੱਛਾ ਵੀ ਲਿਖਿਆ ਗਿਆ ਉਹਨਾਂ ਦੇ ਬਾਰੇ, ਮਾੜਾ ਵੀ ਲਿਖਿਆ ਗਿਆ, ਕੀ ਉਹਨਾਂ ਦੀ ਕਮੀਆਂ ਸੀ, ਜਿਵੇਂ ਦਾਰੂ ਪੀਂਦਾ ਰਹਿਣ ਦਾ ਸੀ, ਉਹਦੀ ਦਾਰੂ ਨੂੰ ਇੰਨਾ ਤੇਜ਼ ਦਿਮਾਗ ਹੋਣ ਤੋਂ ਬਾਅਦ ਜੋ ਅੰਗਰੇਜ਼ਾਂ ਨੂੰ ਚੱਕਰ ਲਿਆਉਂਦਾ ਸੀ, ਇੱਕ ਛੋਟੀ ਜਿਹੀ ਕਮੀ ਦਾਰੂ ਦੀ ਆਦਤ ਨੂੰ ਕਿੱਦਾਂ ਨਹੀਂ ਬਚਾ ਸਕਿਆ ਆਪਣੇ ਕੋਲ, ਔਰ ਇੱਕ ਉਹੀ ਕਮੀ ਰਹਿ ਗਈ ਦੂਜੀ ਕਿ ਕਿੱਦਾਂ ਆਪਣਾ ਵਾਰਸ ਨਹੀਂ ਛੱਡ ਸਕਿਆ, ਇੱਕ ਅੱਕਾ ਵਾਰਿਸ ਨਹੀਂ ਤਿਆਰ ਕਰ ਸਕਿਆ। ਕਹਿੰਦਾ ਜੱਟਾਂ ਦੇ ਹੈ, ਕਿਸਾਨਾਂ ਦੇ ਮੁੰਡਿਆਂ ਦੀ ਇੱਕ ਆਦਤ ਹੁੰਦੀ ਹੈ, ਉਹ ਆਪਣੀ ਮੱਝ ਗੈਂ ਹੋਏ, ਬਲਦ ਹੋਏ, ਚੁਗਣ ਗਿਆ, ਉਹਨੂੰ ਚਾਰ ਪਾਰੀ ਦੇਖ ਕੇ ਆਏਗਾ, ਠੀਕ ਹੈ ਆਪਣੀ ਜਗ੍ਹਾ ਸਹੀ ਸਲਾਮਤ ਹੈ, ਡੰਗਰ ਸਹੀ ਨੇ, ਆਪਣਾ ਬੱਚਾ ਸਕੂਲ ਗਿਆ ਕਦੇ ਨਹੀਂ ਦੇਖਦਾ ਕਿ ਉਹ ਠੀਕ ਪੜ੍ਹ ਰਿਹਾ ਨਹੀਂ ਪੜ੍ਹ ਰਿਹਾ, ਕੀ ਹੋ ਰਿਹਾ। ਇਹ ਸਾਡੀ ਆਦਤ, ਉਹੀ ਮਹਾਰਾਜਾ ਰਣਜੀਤ ਸਿੰਘ ਦੀ, ਬੱਚੇ ਤਿਆਰ ਕੀਤੇ ਨੇ ਪਰ ਉਹ ਪਰਵ ਸੀ ਸਾਡੇ ਖੂਨ 'ਚ ਹੈ ਗਏ, ਅਸੀਂ ਨਹੀਂ ਕਰਦੇ, ਅਤੇ ਅੱਗੇ ਫਿਰ ਸਾਨੂੰ ਰਿਜ਼ਲਟ ਵੀ ਹੋਣਾ, ਅਤੇ ਤੁਸੀਂ ਉਹੀ ਗਲਤੀ ਨਾ ਕਰੋ। ਸਾਨੂੰ ਨਹੀਂ ਮਿਲੇ ਇਹਨਾਂ ਦੇ ਪੇਰੈਂਟਸ, ਪਰ ਖੁਦ ਤਾਂ ਪੜ੍ਹ ਸਕਦੇ ਹੋ, ਜਿਹੜੇ ਜਾਗਦੇ ਨੇ, ਜਿਹੜੇ ਸਮਝਣਾ ਚਾਹੁੰਦੇ ਨੇ ਕੀ ਸੀ, ਕਿਤੇ ਚੰਗੇ ਰਾਜ ਕੀਤੇ ਜਾਂਦੇ ਨੇ, ਕਿੱਦਾਂ ਲੋਕ ਪਿਆਰ ਕਰਦੇ ਨੇ, ਸਿਰਫ 7% ਤੋਂ ਬਾਅਦ ਵੀ ਖਾਲਸਾ ਰਾਜ ਤੋਂ ਅੰਦਰ, ਦੂਜੀਆਂ ਦੂਜੇ ਲਾਹੌਰ 'ਚ ਜਦ ਰਾਜ ਕੀਤਾ ਸੀ, ਲਾਹੌਰ ਹੀ ਖੁਦ ਆਏ ਸੀ ਸਾਨੂੰ ਆਪਣੇ ਉੱਪਰ ਰਾਜ ਲਿਆਓ ਜੀ, ਸਾਨੂੰ ਇਹ ਭੰਗੀ ਮਿਸਲਾਂ ਨੇ ਤੰਗ ਕੀਤਾ। ਖੈਰ ਸਾਰੀਆਂ ਗੱਲਾਂ ਇੱਥੇ ਨਹੀਂ ਦੱਸੀਆਂ ਜਾ ਸਕਦੀਆਂ, ਤੁਹਾਨੂੰ ਆਪ ਬੁੱਕ ਪੜ੍ਹਨੀ ਪੈਣੀ ਆ, ਯੂਟਿਊਬ 'ਤੇ ਫ੍ਰੀ ਹੈਗੀ ਆ, ਮੈਂ ਸਵੇਰੇ ਲਿੰਕ ਸ਼ੇਅਰ ਕੀਤਾ ਸੀ, ਇਸ ਵੀਡੀਓ ਦੇ ਅੰਦਰ ਵੀ ਕਰ ਦਾਂਗਾ, ਯੂਟਿਊਬ ਦੇ ਅੰਦਰ ਤੁਸੀਂ ਲਿਖੋਗੇ ਨਾ ਸੂਰਜ ਦੀ ਅੱਖ, ਤੁਹਾਨੂੰ ਮਿਲ ਜਾਏਗੀ ਪੂਰੀ ਪਲੇਲਿਸਟ ਮਿਲ ਜੂਗੀ। ਸਵੇਰੇ ਸ਼ਾਮ ਜਦੋਂ ਘੁੰਮਣ ਜਾਂਦੇ ਨੇ, ਕੰਨਾਂ 'ਚ ਲੀਡ ਲਾਈ, ਸਰੀਰ ਦੀ ਵੀ ਕਸਰਤ ਹੋ ਜਾਂਦੀ ਆ, ਅਤੇ ਨਾਲੇ ਦਿਮਾਗ ਦੀ, ਕੁਛ ਇਤਿਹਾਸ ਦਾ ਵੀ ਪਤਾ ਲੱਗ ਗਿਆ, 15-20 ਮਿੰਟ ਸੁਣੀ, ਅੱਧਾ ਘੰਟਾ ਸੁਣੀ, ਟਾਈਮ ਵੀ ਚੰਗਾ ਲੱਗਦਾ, ਚੰਗਾ ਫੀਲ ਵੀ ਹੁੰਦਾ, ਸਾਨੂੰ ਇਤਿਹਾਸ ਦਾ ਵੀ ਪਤਾ ਲੱਗਦਾ, ਸੌਣ ਤੋਂ ਪਹਿਲਾਂ ਹੋਇਆ 15 ਮਿੰਟ ਕਦੇ ਸੁਣ ਲਈ, ਹਫ਼ਤੇ 2 ਹਫ਼ਤੇ 'ਚ ਕਿਤਾਬ ਖਤਮ ਹੋ ਜਾਂਦੀ ਹੈ, ਬਹੁਤ ਸਾਰੀਆਂ ਕਿਤਾਬਾਂ ਨੇ, ਬਹੁਤ ਗਿਆਨ ਪਤਾ ਲੱਗਦਾ। ਅਤੇ ਸਾਨੂੰ ਜੇ ਇੱਕ ਦਲਦਲ ਤੋਂ ਨਿਕਲ ਲੈਣਾ, ਇਸ ਗਿਆਨ ਦੀ ਲੋੜ ਪਊਗੀ, ਜਿਹੜੀਆਂ ਗਲਤੀਆਂ ਅਸੀਂ ਪਹਿਲੇ ਕਰ ਚੁੱਕੇ ਨੇ ਉਹਨੂੰ ਦੁਬਾਰਾ ਨਾ ਕਰੀਏ, ਤਾਂ ਹੀ ਇਹਨਾਂ ਦਾ ਇਤਿਹਾਸ ਦਾ ਪਤਾ ਹੋਣਾ ਜ਼ਰੂਰੀ ਹੈ, ਇਤਿਹਾਸ ਜਿਹੜੀਆਂ ਗਲਤੀਆਂ ਕੀਤੀਆਂ ਦੁਬਾਰਾ ਨਾ ਕਰੀਏ, ਜੋ ਕੁਛ ਸਾਡੇ ਕੋਲ ਸਟਰੋਂਗ ਸੀ ਉਹਨਾਂ ਨੂੰ ਅੱਗੇ ਰੱਖੀਏ, ਕਿਤਾਬਾਂ ਨਾਲ ਜੁੜੀਏ, ਤਾਂ ਹੀ ਅਸੀਂ ਆਪਣੇ ਇਤਿਹਾਸ ਨੂੰ ਸੜੀਏ, ਉਹ ਹੁਣ ਉਦੋਂ ਰਹੇ ਨਹੀਂ, ਉਹ ਦੌਰ ਸਾਨੂੰ ਦੇਖਣੇ ਨਹੀਂ, ਪਰ ਉਹ ਕਿਤਾਬਾਂ ਦੇ ਜ਼ਰੀਏ ਅਸੀਂ ਉਹਨਾਂ ਦੌਰਾਂ 'ਚ ਆਪਣੀ ਅੱਖਾਂ ਫਸਾ ਸਕਦੇ। ਇਹਦੇ ਨਾਲ ਹੀ ਮੈਂ ਆਪਣੀ ਬੁੱਕ ਦੀ ਕਰਦਾ, ਜ਼ਰੂਰ ਸੁਣੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜਾ ਰਣਜੀਤ ਸਿੰਘ।